ਜਦੋਂ ਅਸੀਂ ਇੱਕ ਵਾਰ ਵੇਟ ਲੂਜ਼ ਕਰ ਲੈਂਦੇ ਹਾਂ, ਅਗਰ ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਸਾਡਾ ਵੇਟ ਗੇਨ ਨਾ ਹੋਵੇ, ਤਾਂ ਤੁਸੀਂ ਫਸਟ ਐਂਡ ਫੋਰਮੋਸਟ ਕੀ ਕਰਨਾ ਕਿ ਜਿਹੜੀਆਂ ਕੈਲਰੀਜ਼ ਲੈਣੀਆਂ ਉਹ ਸੋਚ ਸਮਝ ਕੇ ਲੈਣੀਆਂ, ਉਹ ਜਿਹੜੀਆਂ ਕੈਲਰੀਜ਼ ਆ ਉਹ ਤੁਹਾਡੀਆਂ ਮੋਸਟਲੀ ਪ੍ਰੋਟੀਨ ਤੋਂ, ਕਾਰਬੋਹਾਈਡਰੇਟਸ ਲਾਈਕ ਕੰਪਲੈਕਸ ਕਾਰਬਸ ਐਂਡ ਗੁੱਡ ਫੈਟ ਤੋਂ ਹੋਣੀਆਂ ਚਾਹੀਦੀਆਂ। ਪਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦੁਬਾਰਾ ਤੋਂ ਵੇਟ ਗੇਨ ਨਾ ਹੋਵੇ, ਤਾਂ ਤੁਸੀਂ ਡਾਈਟ ਨੂੰ ਔਰ ਐਕਸਰਸਾਈਜ਼ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਐਡ ਕਰ ਲਓ। ਅਗਰ ਤੁਸੀਂ ਇੱਦਾਂ ਐਡ ਕਰਕੇ ਹਰ ਚੀਜ਼ ਨੂੰ ਸੋਚ ਸਮਝ ਕੇ, ਕੈਲਰੀਜ਼ ਨੂੰ ਦੇਖ ਕੇ ਕਿਹੜੀਆਂ ਕੈਲਰੀਜ਼ ਮੇਰੀ ਬੋਡੀ ਵਾਸਤੇ ਗੁੱਡ ਹੈ, ਅਗਰ ਇਹ ਸੋਚ ਕੇ, ਇੰਨਾ ਕੁ ਸੋਚ ਕੇ ਖਾਂਦੇ ਹੋ, ਤਾਂ ਤੁਹਾਡਾ ਕਦੇ ਵੀ ਵੇਟ ਦੁਬਾਰਾ ਤੋਂ ਗੇਨ ਨਹੀਂ ਹੋਏਗਾ ਔਰ ਉਹ ਸੇਮ ਰਹੇਗਾ। ਔਰ ਬਾਕੀ ਕੀ ਹੈ ਕਿ ਅਗਰ ਤੁਸੀਂ ਜ਼ਿਆਦਾ ਟਾਈਮ ਤੁਸੀਂ ਦਿਨ ਦੇ ਵਿੱਚ 2 ਜਾਂ 3 ਮੀਲ ਲੈ ਕੇ ਆਪਣੀਆਂ ਕੈਲਰੀਜ਼ ਪੂਰੀਆਂ ਕਰਦੇ ਹੋ, ਤਾਂ ਤੁਹਾਨੂੰ ਬੈਸਟ ਰਿਜ਼ਲਟ ਮਿਲਦੇ ਆ, ਨਾ ਕਿ ਤੁਹਾਨੂੰ ਅਗਰ ਤੁਸੀਂ 6 ਮੀਲ 7 ਮੀਲਸ ਲੈਂਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਜੋ ਹੈ ਕਿ ਬੈਸਟ ਰਿਜ਼ਲਟ ਨਹੀਂ ਮਿਲ ਸਕਦੇ। ਹਾਂ, ਤੁਹਾਡਾ ਕੁਛ ਟਾਈਮ ਵਾਸਤੇ ਟੈਂਪਰੇਰੀ ਤੁਹਾਡਾ ਜੋ ਗੋਲ ਹੈ ਤੁਹਾਨੂੰ ਅਚੀਵ ਜ਼ਰੂਰ ਹੋ ਸਕਦਾ, ਔਰ ਲੰਬਾ ਟਾਈਮ ਅਗਰ ਇਸ ਚੀਜ਼ ਨੂੰ ਤੁਸੀਂ ਸਸਟੇਨ ਰੱਖਣਾ ਤਾਂ ਤੁਸੀਂ ਜੋ ਵੀ ਕੈਲਰੀਜ਼ ਖਾਣੀਆਂ ਉਹਨੂੰ 2 ਜਾਂ 3 ਮੀਲ ਵਿੱਚ ਖਤਮ ਕਰ ਦਿਓ, ਔਰ ਜਿੰਨੀਆਂ ਵੀ ਕੈਲਰੀਜ਼ ਲੈਣੀਆਂ ਆਪਣੀਆਂ ਉਹ ਹਾਈ ਅਮਾਊਂਟ ਆਫ ਪ੍ਰੋਟੀਨ ਹੋਣਾ ਚਾਹੀਦਾ, ਕੰਪਲੈਕਸ ਕਾਰਬਸ ਹੋਣੇ ਚਾਹੀਦੇ ਆ ਔਰ ਗੁੱਡ ਫੈਟ ਹੋਣਾ ਚਾਹੀਦਾ। ਤੁਸੀਂ ਪਰਮਾਨੈਂਟ ਸੋਲੂਸ਼ਨ ਚਾਹੁੰਦੇ ਹੋ ਤਾਂ ਤੁਸੀਂ ਜੋ ਵੀ ਆਪਣਾ ਵੇਟ ਘੱਟ ਕਰਨਾ ਉਹਨੂੰ ਮੋਸਟ ਆਫ ਦਾ ਟਾਈਮ, ਅਗਰ ਤੁਸੀਂ 1 ਮੀਲ 9 ਵਜੇ ਲੈ ਲਿਆ, ਸਵੇਰੇ 9 ਵਜੇ ਲੈ ਲਿਆ ਸਪੋਜ਼ ਕਰੋ, ਤਾਂ ਉਸ ਤੋਂ ਬਾਅਦ ਤੁਹਾਡਾ ਅਗਲਾ ਮੀਲ ਆ ਉਹ ਘੱਟੋ ਘੱਟ 4 ਘੰਟੇ ਜਾਂ 5 ਘੰਟੇ ਦੇ ਗੈਪ 'ਚ ਹੋਣਾ ਚਾਹੀਦਾ। ਇਹ ਨਹੀਂ ਅਗਰ ਤੁਸੀਂ 1 ਮੀਲ ਹੁਣ ਲੈ ਲਿਆ, 2 ਘੰਟੇ ਬਾਅਦ ਫਿਰ ਸਨੈਕਿੰਗ ਕਰਨ ਲੱਗ ਗਏ, ਥੋੜ੍ਹਾ ਜਿਹਾ ਫਿਰ ਖਾ ਲਿਆ, 2 ਘੰਟੇ ਬਾਅਦ ਫਿਰ ਕਰ ਲਿਆ, ਕਿਉਂਕਿ ਆਪਣੀ ਬੋਡੀ ਨੂੰ ਪ੍ਰੋਪਰ ਰੈਸਟ ਨਹੀਂ ਮਿਲਦਾ। ਜਦੋਂ ਸਾਡੀ ਬੋਡੀ ਨੂੰ ਰੈਸਟ ਨਹੀਂ ਮਿਲਦਾ, ਅਸੀਂ ਦੂਸਰੇ ਮੀਲ ਨੂੰ ਫਿਰ ਦੁਬਾਰਾ ਤੋਂ ਬੋਡੀ ਉਹ ਖਾਣਾ ਸ਼ੁਰੂ ਕਰ ਦਿੰਦੇ ਹਾਂ, ਔਰ ਉਹ ਤੁਹਾਡਾ ਸਾਡਾ ਕੀ ਪਹਿਲੇ ਵਾਲਾ ਮੀਲ ਹਜੇ ਡਾਈਜੈਸਟ ਨਹੀਂ ਹੋਇਆ, ਡਾਈਜੈਸਟ ਨਹੀਂ ਹੋਇਆ ਤਾਂ ਉਹ ਫੈਟ ਸਟੋਰੇਜ ਚਲਾ ਗਿਆ, ਕਿਉਂਕਿ ਆਪਣਾ ਇਨਸੋਲਿਨ ਇੱਕ ਵਾਰੀ ਜਦੋਂ ਹਾਈ ਅਪ ਹੁੰਦਾ, ਪਹਿਲੀ ਗੱਲ ਜ਼ਿਆਦਾ ਅਪ ਨਾ ਹੋਣ ਦਿਓ, ਕਿਉਂਕਿ ਤੁਸੀਂ ਜ਼ਿਆਦਾ ਕੰਪਲੈਕਸ ਕਾਰਬਸ ਖਾਓ ਤਾਂ ਤੁਹਾਡਾ ਜ਼ਿਆਦਾ ਜੋ ਇਨਸੋਲਿਨ ਆ ਉਹ ਸਪਾਈਕ ਨਹੀਂ ਹੋਏਗਾ। ਅਗਰ ਸਪਾਈਕ ਨਹੀਂ ਹੋਏਗਾ ਤਾਂ ਤੁਹਾਡੇ ਦੋ ਬੋਡੀ ਦੇ ਵਿੱਚ ਇੱਕ ਤਾਂ ਲੌਂਗ ਟਾਈਮ ਤੱਕ ਤੁਹਾਡੇ ਅੰਦਰ ਐਨਰਜੀ ਰਹੂਗੀ, ਤੁਹਾਨੂੰ ਭੁੱਖ ਨਹੀਂ ਲੱਗਣੀਗੀ, ਔਰ ਦੂਸਰਾ ਜਿਹੜਾ ਵੀ ਤੁਸੀਂ ਮੀਲ ਖਾਓਗੇ ਉਹ ਮੀਲ ਨੂੰ ਪ੍ਰੋਪਰ, ਜਿਹੜਾ ਮੀਲ ਤੁਸੀਂ ਖਾਧਾ ਹੋਇਆ ਉਹਨੂੰ ਪ੍ਰੋਪਰ ਡਾਈਜੈਸਟ ਹੋਣ ਦਾ ਟਾਈਮ ਮਿਲੇਗਾ। ਜੋ ਡਾਈਜੈਸਟ ਹੋਏਗਾ ਉਸ ਤੋਂ ਬਾਅਦ ਅਗਲੀ ਚੀਜ਼ ਆਪਾਂ ਫਿਰ ਤੋਂ ਖਾਵਾਂਗੇ, ਤਾਂ ਉਸ ਚੀਜ਼ ਨੂੰ ਵੀ ਪੂਰਾ ਪ੍ਰੋਪਰ ਟਾਈਮ ਮਿਲੇਗਾ, ਫਿਰ ਉਸ ਤੋਂ ਬਾਅਦ ਅਗਲਾ ਤੁਸੀਂ ਮੀਲ ਖਾਓ। ਮਤਲਬ 2 ਜਾਂ 3 ਮੀਲ ਦਿਨ ਦੇ ਵਿੱਚ ਸਫੀਸ਼ੈਂਟ ਹੈ, ਚਾਹੇ ਆਪਾਂ ਬੋਡੀ ਬਣਾਉਣੀ ਆ, ਚਾਹੇ ਆਪਾਂ ਪਤਲੇ ਹੋਣਾ, ਚਾਹੇ ਆਪਾਂ ਨੋਰਮਲੀ ਫਿਟ ਰਹਿਣਾ। ਇਸ ਮੇਰੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਿਓ। ਥੈਂਕ ਯੂ ਸੋ ਮੱਚ।